ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋ ਗਿਆ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਿਹਾ ਆ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ ਆਰਟੀਆਈ ਜੈ ਗੋਪਾਲ ਧਿਮਾਨ ਦੇ ਵੱਲੋਂ ਪਾਈ ਗਈ ਹੈ ਉਹਨਾਂ ਦੇ ਵੱਲੋਂ ਜਿਹੜੀ ਇਹ ਆਰਟੀਆਈ ਪਾਈ ਗਈ ਉਸ ਦੇ ਵਿੱਚ ਜਿਹੜਾ ਜਵਾਬ ਮਿਲਿਆ ਉਸ ਦੇ ਵਿੱਚ ਹੈਰਾਨੀਜਨ ਖੁਲਾਸੇ ਹੋਏ ਨੇ ਹਾਲਾਂਕਿ ਸੱਤਾ ਦੇ ਵਿੱਚ ਕੋਈ ਵੀ ਧਿਰ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਰਹੀ ਹੈ ਚਾਹੇ ਕਾਂਗਰਸ ਤੇ ਚਾਹੇ ਹੁਣ ਆਮ ਆਦਮੀ ਪਾਰਟੀ ਜਦੋਂ ਵੀ ਕੋਈ ਮੈਰਿਟ ਲਿਸਟ ਜਾਰੀ ਹੁੰਦੀ ਹੈ ਜਦੋਂ ਕੋਈ ਸਕੂਲਾਂ ਦੀ ਲਿਸਟ ਜਾਰੀ ਹੁੰਦੀ ਹੈ ਕੋਈ ਸਰਵੇ ਕਰਵਾਇਆ ਜਾਂਦਾ ਹੈ ਜੇਕਰ ਪੰਜਾਬ ਸੂਬੇ ਦਾ ਨਾਮ ਮੁਰਲੀਆਂ ਖਤਾਰਾਂ ਵਿੱਚ ਹੋਵੇ ਤਾਂ ਵੱਡੇ ਵੱਡੇ ਇਸ਼ਤਿਹਾਰ ਦੇ ਦਿੱਤੇ ਜਾਂਦੇ ਨੇ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਹੈ ਕਿ ਇਹ ਸਰਵੇ ਕਿਹੜੀ ਸਰਕਾਰ ਦੇ ਕਾਰਗੁਜ਼ਾਰੀ ਦੇ ਆਧਾਰ ਤੇ ਕੀਤਾ ਗਿਆ ਉੱਥੇ ਵੀ ਚੁੱਪ ਵੱਟੀ ਜਾਂਦੀ ਹੈ ਪਰ ਹੁਣ ਸਕੂਲੀ ਸਿੱਖਿਆ ਦੇ ਵਿੱਚ ਇੱਕ ਵੱਡਾ ਖਲਾਸਾ ਹੋ ਗਿਆ ਹੁਸ਼ਿਆਰਪੁਰ ਜ਼ਿਲ੍ਹਾ ਤੇਈ ਜ਼ਿਲ੍ਹਿਆਂ ਦੇ ਵਿੱਚੋਂ ਇਕਲੌਤਾ ਐਸਾ ਜ਼ਿਲ੍ਹਾ ਹੈ ਜਿਸ ਦੀ ਲਿਟਰੇਸੀ ਰੇਟ ਹੈ ਓਵਰ ਆਲ ਸਟੇਟ ਦੀ ਲਿਟਰੇਸੀ ਰੇਟ ਤੋਂ ਸਭ ਤੋਂ ਵੱਧ ਹੈ ਤਕਰੀਬਨ 84% ਦੀ 2011 ਦੀ ਜਨਗਣਨਾ ਦੇ ਅਨੁਸਾਰ ਲਿਟਰੇਸੀ ਰੇਟ ਹੈ ਜਿਹੜਾ ਹੁਸ਼ਿਆਰਪੁਰ ਦਾ ਪਾਇਆ ਗਿਆ ਪਰ ਹੈਰਾਨੀ ਉਦੋਂ ਹੋਈ ਕਿ ਜਦੋਂ ਹੁਸ਼ਿਆਰਪੁਰ ਦੇ ਵਿੱਚ ਆਰਟੀਆਈ ਪਾਈ ਜਾਂਦੀ ਹੈ ਔਰ ਉਸ ਵਿੱਚ ਖਲਾਸਾ ਹੋ ਗਿਆ ਕਿ ਐਸੇ ਕਈ ਸਕੂਲ ਨੇ ਜਿੱਥੇ ਇੱਕ ਵੀ ਅਧਿਆਪਕ ਸਕੂਲ ਦੇ ਵਿੱਚ ਪੜਾਉਣ ਵਾਲਾ ਨਹੀਂ ਹੈ ਸੋ ਅਜੇਕਰ ਪੂਰੇ ਸੂਬੇ ਦੀ ਗੱਲ ਕਰੀਏ ਤਾਂ ਲੱਖਾਂ ਹੀ ਮਲਾਜਮ ਨੇ ਕੱਚੇ ਅਧਿਆਪਕ ਨੇ ਸੜਕਾਂ ਤੇ ਨੇ ਆਪਣੀਆਂ ਮੰਗਾਂ ਬਣਵਾਉਂਦੇ ਨੇ ਬੱਚੇ ਵੀ ਜੂਝਦੇ ਨੇ ਹਾਲਾਂਕਿ ਸਰਕਾਰੀ ਸਕੂਲਾਂ ਦਾ ਮੰਦੜਾ ਹਾਲ ਹੋ ਚੁੱਕਾ ਹੈ 인ਫਰਾਸਟ੍ਰਕਚਰ ਨੂੰ ਵੀ ਲੈ ਕੇ ਕਿਤਾਬਾਂ ਵੀ ਸਮੇਂ ਸਿਰ ਕਈ ਵਾਰੀ ਨਹੀਂ ਪਹੁੰਚਦੀਆਂ ਵਰਦੀਆਂ ਵੀ ਨਹੀਂ ਪਹੁੰਚਦੀਆਂ ਔਰ ਗਰੀਬ ਤਬਕੇ ਦੇ ਲੋਕ ਨੇ ਜਿਹੜੇ ਚਾਹੇ ਉਹ ਪ੍ਰਵਾਸੀ ਮਜ਼ਦੂਰ ਹੋਣ ਜਾਂ ਪੰਜਾਬ ਦੇ ਮੂਲ ਨਿਵਾਸੀ ਹੋਣ ਉਹਨਾ ਗਰੀਬ ਆਰਥਿਕ ਤੌਰ ਤੇ ਕਮਜ਼ੋਰ ਘਰਾਂ ਦੇ ਵਿੱਚੋਂ ਪੜਨ ਵਾਲੇ ਸਰਕਾਰੀ ਸਕੂਲਾਂ 'ਚ ਜਾਣ ਵਾਲੇ ਬੱਚਿਆਂ ਲਈ ਵਿਫਤਾ ਖੜੀ ਹੋ ਜਾਂਦੀ ਹੈ ਜਦੋਂ ਕੋਈ ਅਧਿਆਪਕ ਨਹੀਂ ਮਿਲਦਾ ਜੇਕਰ ਕੋਈ ਅਧਿਆਪਕ ਨਹੀਂ ਹੋਵੇਗਾ ਤੇ ਆਖਰਕਾਰ ਉਹਨਾਂ ਬੱਚਿਆਂ ਦਾ ਭਵਿੱਖ ਸਵਾਰਨ ਦਾ ਜਾਂ ਉਹਨਾਂ ਦੇ ਬੁੱਤ ਨੂੰ ਤਰਾਸ਼ਣ ਦਾ ਕੰਮ ਕੌਣ ਕਰੇਗਾ ਹੁਸ਼ਿਆਰਪੁਰ ਦੇ ਵਿੱਚ ਤਕਰੀਬਨ 1227 ਸਕੂਲ ਨੇ ਜਿਨ੍ਹਾਂ ਦੇ ਵਿੱਚੋਂ ਇਹ ਪਾਇਆ ਗਿਆ ਕਿ 7% ਸਕੂਲ ਤਾਂ ਉਹ ਨਹੀਂ ਜਿੱਥੇ ਇੱਕ ਵੀ ਅਧਿਆਪਕ ਨਹੀਂ ਹੈ ਉਹ ਸਾਰੀਆਂ ਅਸਾਮੀਆਂ ਖਾਲੀ ਪਈਆਂ ਨੇ ਔਰ ਇਸ ਤੋਂ ਇਲਾਵਾ 23.5 ਫੀਸਦੀ ਸਕੂਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਉਹ ਨੇ ਜਿੱਥੇ ਸਿਰਫ ਤੇ ਸਿਰਫ ਇੱਕ ਅਧਿਆਪਕ ਹੈ ਉਹਨਾਂ ਸਕੂਲਾਂ ਦੇ ਵਿੱਚ ਕਈ ਬੱਚਿਆਂ ਦੀ ਗਿਣਤੀ ਹੈ 50 ਤੋਂ ਵੀ ਵੱਧ ਹੈ ਕਈ ਤਾਂ 100 ਦੇ ਨੇੜੇ ਗਿਣਤੀ ਬਣਦੀ ਹੈ ਪਰ ਅਧਿਆਪਕ ਪੜਾਉਣ ਵਾਲਾ ਸਿਰਫ ਤੇ ਸਿਰਫ ਇੱਕ ਹੈ ਐਲੀਮੈਂਟਰੀ ਸਕੂਲ ਅਜਿਹੇ ਨੇ 7% ਦੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਅੰਦਰ ਸਿਰਫ ਹੁਸ਼ਿਆਰਪੁਰ ਦੀ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਆਰਟੀਆਈ ਜਦੋਂ ਪਾਈ ਗਈ ਉਸ ਦੇ ਵਿੱਚ ਹੁਸ਼ਿਆਰਪੁਰ ਦੇ ਬਾਰੇ ਸਥਿਤੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਆਰਪੋਰਟ ਦੇ ਵਿੱਚ 7% ਐਲੀਮੈਂਟਰੀ ਸਕੂਲ ਨੇ ਜਿਹੜੇ ਉਸ ਦੇ ਵਿੱਚ ਇੱਕ ਵੀ ਅਧਿਆਪਕ ਪੜਾਉਣ ਲਈ ਨਹੀਂ ਜਾਂਦਾ ਸਰਕਾਰ ਨੇ ਭਰਤੀ ਕਿਉਂ ਨਹੀਂ ਕੀਤੀ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦਾਵਾ ਕਰ ਚੁੱਕੇ ਨੇ ਕਿ ਅਸੀਂ ਹਰੇਕ ਮੈਕਮੇ ਦੇ ਵਿੱਚ ਇੱਕ ਇੱਕ ਕਰਕੇ ਖਾਲੀ ਪਈਆਂ ਅਸਾਮੀਆਂ ਨੂੰ ਭਰਾਂਗੇ ਪਰ ਖਾਲੀ ਪਈਆਂ ਅਸਾਮੀਆਂ ਨੂੰ ਤਾਂ ਭਰਨਾ ਦੂਰ ਦੀ ਗੱਲ ਪਹਿਲਾਂ ਤੋਂ ਜਿਹੜੇ ਇੱਕ ਇੱਕ ਕਰਕੇ ਰਿਟਾਇਰਮੈਂਟ ਹੋ ਰਹੀ ਹੈ ਜਿਨ੍ਹਾਂ ਸੇਵਾਵਾਂ ਤੋਂ ਆਪਣੀ ਜਿਹੜੀ ਪੈਂਸ਼ਨ ਤੇ ਆ ਰਹੇ ਨੇ ਉਹਨਾਂ ਦੀ ਥਾਂ ਦੇ ਉੱਤੇ ਵੀ ਕੋਈ ਨਵਾਂ ਅਧਿਆਪਕ ਨਹੀਂ ਰੱਖਿਆ ਗਿਆ ਨਵੀਂ ਭਰਤੀਆਂ ਪੂਰ ਚੜ੍ਹਨੀਆਂ ਪੂਰੀਆਂ ਹੋਣੀਆਂ ਦੂਰ ਦੀ ਗੱਲ ਪਰ ਜਿਹੜੀਆਂ ਪਹਿਲਾਂ ਤੋਂ ਸਾਹਮਣੀਆਂ ਖਾਲੀ ਪਈਆਂ ਨੇ ਉਹ ਵੀ ਤੱਕ ਨਹੀਂ ਭਰੀਆਂ ਗਈਆਂ ਜੇਕਰ ਇੱਕ ਆંકੜੇ ਤੇ ਝਾਤ ਮਾਰੀਏ ਤਾਂ 1227 ਸਕੂਲਾਂ ਨੇ ਸਕੂਲ ਨੇ ਜਿਹੜੇ ਹਾਰਪੁਰ ਜ਼ਿਲ੍ਹੇ ਦੇ ਐਲੀਮੈਂਟਰੀ ਸਰਕਾਰੀ ਸਕੂਲ ਉਹਨਾਂ ਦੇ ਵਿੱਚੋਂ 299 ਸਕੂਲ ਐਸੇ ਨੇ ਐਲੀਮੈਂਟਰੀ ਜਿਨ੍ਹਾਂ ਦੇ ਵਿੱਚ ਇੱਕ ਵੀ ਅਧਿਆਪਕ ਨਹੀਂ ਹੈ ਪਰ ਉੱਥੇ ਪੜਾਉਣ ਲਈ ਫਿਰ ਵਲੰਟੀਅਰ ਤੌਰ ਦੇ ਉੱਤੇ ਜਾਂ ਪੰਚਾਇਤ ਨਾਲ ਮਿਲ ਕੇ ਕੋਈ ਅਧਿਆਪਕ ਰੱਖੇ ਜਾਂਦੇ ਨੇ ਜਾਂ ਕੱਚੇ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਉਹਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਨੇ ਔਰ ਉਹਨਾਂ ਦਾ ਐਗਜ਼ਾਮ ਲਏ ਜਾਂਦੇ ਨੇ ਉਹਨਾਂ ਨੂੰ ਪੜਾਉਣ ਦਾ ਕੰਮ ਕੀਤਾ ਜਾਂਦਾ ਜਿੱਥੇ ਅਧਿਆਪਕ ਹੀ ਨਹੀਂ ਜਾਵੇਗਾ ਸਕੂਲ ਵਿੱਚ ਉੱਥੇ ਪੜਨ ਵਾਲੇ ਬੱਚਿਆਂ ਦੀ ਵਿੱਚ ਕਿਵੇਂ ਸੁਧਾਰ ਆਵੇਗਾ ਲਿਟਰੇਸੀ ਰੇਟ ਦਾ ਜਿਹੜਾ ਫਿਰ ਆંકੜਾ ਹੋਵੇ ਉਹ ਫਿੱਕਾ ਪੈਂਦਾ ਨਜ਼ਰ ਆਉਂਦਾ ਹੈ ਅਗਲੇ 10 ਸਾਲਾਂ ਦੇ ਵਿੱਚ ਕੀ ਬਣੇਗਾ ਔਰ ਪਿਛਲੇ 10 ਸਾਲਾਂ ਚ ਕੀ ਬਣਿਆ ਹੁਸ਼ਿਆਰਪੁਰ ਦੀ ਸਥਿਤੀ ਦੱਸਦੀ ਹੈ ਜਿਲ੍ਹਾ ਹੁਸ਼ਿਆਰ ਪਰ ਅਧਿਆਪਕਾਂ ਦੀ ਵੱਡੀ ਘਾਟ ਇਹ ਰੜਕ ਰਹੀ ਹੈ ਤੇ ਹੁਣ ਇਹ ਨਹੀਂ ਕਿ ਇਸੇ ਸਰਕਾਰ ਦੇ 8 ਮਹੀਨਿਆਂ ਦੇ ਵਿੱਚ ਇਸਾਮੀਆਂ ਖਾਲੀ ਹੋ ਗਈਆਂ ਤੇ ਭਰੀਆਂ ਨਹੀਂ ਗਈਆਂ ਨਾ ਤਾਂ ਪਹਿਲੀਆਂ ਸਰਕਾਰਾਂ ਨੇ ਧਿਆਨ ਦਿੱਤਾ ਤੇ ਨਾ ਹੀ ਹੁਣ ਜਿਹੜਾ ਧਿਆਨ ਦਿੱਤਾ ਗਿਆ ਜੈ ਗਪਾਲ ਦਿਮਾਨ ਦੀ ਪਾਈ ਗਈ ਆਰਟੀਆਈ ਨੇ ਖੁਲਾਸਾ ਕੀਤਾ ਹੈ ਕਿ 299 ਸਕੂਲ ਹੋ ਨੇ ਜਿੱਥੇ ਇੱਕ ਵੀ ਅਧਿਆਪਕ ਨਹੀਂ ਤੇ 767 ਉਹਨੇ ਜਿੱਥੇ ਪੋਸਟਾਂ ਨੇ ਜਿਹੜੀਆਂ ਟੀਚਰਾਂ ਦੀਆਂ ਉਹ ਖਾਲੀ ਪਈਆਂ ਨੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਐ ਡਿਸਟ੍ਰਿਕਟ ਐਜੂਕੇਸ਼ਨ ਜਿਹੜੇ ਅਫਸਰ ਨੇ ਡੀਈਓ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਵੱਲੋਂ ਵੀ ਇਹ ਜਾਣਕਾਰੀ ਆਰਟੀਆਈ ਚ ਦਿੱਤੀ ਗਈ ਹੈ ਕਿ 21 ਬਲਾਕ ਅਫਸਰ ਨੇ ਜਿਹੜੇ ਜ਼ਿਲ੍ਹੇ ਦੇ ਹੁੰਦੇ ਨੇ ਉਹਨਾਂ ਦੀਆਂ ਪੋਸਟਾਂ ਨੇ ਜਿਹੜੀਆਂ ਇੱਥੇ ਨੇ ਪਰ ਉਹਨਾਂ ਦੇ ਵਿੱਚੋਂ ਤੇਵਾ ਕੇਵਲ ਤੇ ਕੇਵਲ ਨੇ ਜਿਹੜੇ 3 ਨੇ ਬਲਾਕ ਪੱਧਰ ਦੇ ਅਫਸਰ 18 ਜਿਹੜੀਆਂ ਅਸਾਮੀਆਂ ਬਲਾਕ ਸਿੱਖਿਆ ਅਫਸਰਾਂ ਦੀਆਂ ਵੀ ਖਾਲੀ ਪਈਆਂ ਨੇ ਤਾਂ ਆਖਰਕਾਰ ਇਹ ਫਿਰ ਪਰਪਾਈ ਹੋਵੇਗੀ ਕਿਵੇਂ ਇੱਕ ਹੁਸ਼ਿਆਰ ਮੰਨਿਆ ਜਾਂਦਾ ਜ਼ਿਲ੍ਹਾ ਜਿੱਥੇ ਸਭ ਤੋਂ ਵੱਧ ਆਈਐਸ ਅਫਸਰ ਨਿਕਲਦੇ ਰਹੇ ਨੇ ਪੰਜਾਬ ਦੇ ਵਿੱਚ ਵੈਸੇ ਵੀ ਓਵਰਆਲ ਦੇਖਿਆ ਜਾਵੇ ਤਾਂ ਯੂਪੀਐਸਸੀ ਦੇ ਵਿੱਚ ਅੰਕੜਾ ਜਿਹੜਾ ਬਹੁਤ ਘੱਟ ਹੈ ਨਿਗੂਣਾ ਹੈ ਪਰ ਉਸ ਦੇ ਵਿੱਚੋਂ ਇੱਕ ਅਜਿਹਾ ਜ਼ਿਲ੍ਹਾ ਸੀ ਪੰਜਾਬ ਦਾ ਹੁਸ਼ਿਆਰਪੁਰ ਜਿਸ ਦਾ ਨਾਮ ਵੀ ਹੁਸ਼ਿਆਰਪੁਰ ਔਰ ਜਿਹੜਾ ਵੀ ਹੁਸ਼ਿਆਰ ਲਿਟਰੇਸੀ ਰੇਟ ਦੇ ਵਿੱਚ ਵੀ ਸਭ ਤੋਂ ਟਾਪ ਦੇ ਉੱਤੇ ਪੰਜਾਬ ਸੂਬੇ ਪੱਧਰ ਤੇ ਪਰ ਫਿਰ ਵੀ ਇਸ ਦੇ ਵਿੱਚ ਅਧਿਆਪਕਾਂ ਦੀ ਐਲੀਮੈਂਟਰੀ ਸਕੂਲਾਂ 'ਚ ਇੱਕ ਵੱਡੀ ਘਾਟ ਰੜਕ ਰਹੀ ਹੈ ਤਾਂ ਇਹ ਘਾਟ ਕਿਵੇਂ ਪੂਰੀ ਹੋਵੇਗੀ ਆਰਟੀਆਈ 'ਚ ਖੁਲਾਸਾ ਹੋ ਗਿਆ ਹੁਣ ਸਰਕਾਰ ਇਸ ਦਾ ਜਵਾਬ ਕੀ ਦਿੰਦੀ ਹੈ ਕੀ ਹੁਸ਼ਾਰਪੁਰ ਜ਼ਿਲ੍ਹੇ ਦਾ ਜਿਹੜਾ ਮਿਆਰ ਸੈੱਟ ਹੋ ਗਿਆ ਸੀ ਉਸ ਦੇ ਵਿੱਚ ਜਿਹੜੀ ਢਾਹ ਲੱਗ ਰਹੀ ਹੈ ਅਧਿਆਪਕਾਂ ਦੀ ਘਾਟ ਕਰਕੇ ਕਿ ਉਹ ਲੱਗਦੀ ਰਹੇਗੀ ਲਗਾਤਾਰ ਜਾਂ ਫਿਰ ਕੋਈ ਨਾ ਕੋਈ ਰਾਹਤ ਮਿਲੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਆਰਟੀਆਈ 'ਚ ਖੁਲਾਸਾ ਹੋ ਗਿਆ ਦੋ ਬਲਾਕ ਨੇ ਜਿਹੜੇ ਹੁਸ਼ਾਰਪੁਰ ਜ਼ਿਲ੍ਹੇ ਦੇ ਐਸੇ ਨੇ ਕੋਟ ਫਤੂਈ ਤੇ ਮਹਿਲਪੁਰ ਜਿੱਥੇ ਸਥਿਤੀ ਹੋਰ ਵੀ ਜ਼ਿਆਦਾ ਨਾਜ਼ੁਕ ਹੈ ਐਨੀ ਜ਼ਿਆਦਾ ਸਥਿਤੀ ਮਾੜੀ ਹੈ ਕਿ ਇੱਥੇ ਕੋਈ ਵੀ ਅਧਿਆਪਕ ਹੈ ਪੜਾਉਣ ਲਈ ਨਹੀਂ ਆਉਂਦਾ ਇੱਥੇ ਜਿਹੜੇ 22 ਸਿੰਗਲ ਟੀਚਰ ਨੇ ਸਿਰਫ ਇੱਕ ਟੀਚਰ ਹੈ ਜਿਹੜਾ ਉਹ ਇਨ੍ਹਾਂ ਸਕੂਲਾਂ ਦੇ ਵਿੱਚ ਪੜਾਉਂਦਾ ਇਸ ਤੋਂ ਇਲਾਵਾ 12 ਸਮਾਰਟ ਸਕੂਲ ਨੇ ਜਿਹੜੇ ਜਿਨ੍ਹਾਂ ਨੂੰ ਸਮਾਰਟ ਨਾਮ ਦਿੱਤਾ ਗਿਆ ਕਾਂਗਰਸ ਸਰਕਾਰ ਵੇਲੇ ਉਦੋਂ ਵਿਰੋਧੀਆਂ ਵੱਲੋਂ ਤੰਜ ਕਸੇ ਗਏ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਆ ਪਰਦੇ ਫਾਸ਼ ਕੀਤੇ ਕਈ ਸਕੂਲਾਂ ਦੀ ਜਿਹੜੀ ਹਾਲਤ ਸੀ ਉਹ ਬਹੁਤ ਮਾੜੀ ਸੀ ਅੰਦਰ ਅਧਿਆਪਕ ਨਹੀਂ ਸੀ ਪਰ ਸਮਾਰਟ ਸਕੂਲ ਦਾ ਨਾਮ ਦੇ ਦਿੱਤਾ ਗਿਆ ਪਰ ਉਹਨਾਂ ਦੇ ਵਿੱਚੋਂ ਹਿਸ਼ਾਰਪੁਰ ਜ਼ਿਲ੍ਹੇ ਦੇ ਇੱਕ ਬਲਾਕ ਦੇ 12 ਸਮਾਰਟ ਸਕੂਲ ਨੇ ਜਿੱਥੇ ਇੱਕ ਵੀ ਅਧਿਆਪਕ ਪੜਾਉਣ ਦੇ ਲਈ ਨਹੀਂ ਜਾਂਦਾ ਫਿਰ ਉਹਨਾਂ ਸਮਾਰਟ ਸਕੂਲਾਂ ਦਾ ਨਾਮ ਦੇਣ ਨਾਲ ਕੀ ਸਥਿਤੀ ਸੁਧਰੇਗੀ ਜਾਂ ਫਿਰ ਕੁਝ ਹੋਰ ਫਰਕ ਪਵੇਗਾ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ 438 ਹੈ ਜਿਹੜੇ ਟੀਚਰ ਜਿਹੜੇ ਹੁੰਦੇ ਨੇ ਸਕੂਲਾਂ ਦੇ ਵਿੱਚ ਉਸ ਦੇ ਜਿਹੜੇ ਉਹਨਾਂ ਨੂੰ ਪੜਾਉਣ ਵਾਲੇ ਬੱਚਿਆਂ ਦੀ ਗਿਣਤੀ ਹੈ 76327 ਹੈ ਜਿਹੜੇ ਇਸ ਵੇਲੇ ਬੱਚੇ 1227 ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਪੜ ਰਹੇ ਨੇ ਤਾਂ ਆਰਟੀਆਈ ਐਕਟਿਵਿਸਟ ਦਾ ਇਹ ਕਹਿਣਾ ਹੈ ਕਿ ਜੇਕਰ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਹੈ ਤਾਂ ਫਿਰ ਇਹ ਵੱਡੀ ਘਾਟ ਹੈ ਜਿਹੜੀ ਉਹ ਪੂਰੀ ਕੀਤੀ ਜਾਣੀ ਲਾਜ਼ਮੀ ਹੈ ਇਸ ਸਮਾਂ ਵਕਤਾਰ ਦੇ ਉੱਤੇ ਜੇਕਰ ਪੰਜਾਬ ਦੀ ਲਿਟਰੇਸੀ ਰੇਟ ਦੀ ਗੱਲ ਕਰੀਏ 2011 ਦੀ ਜਾਣਕਾਰੀ ਅਨੁਸਾਰ ਤਾਂ 75.84% ਦੀ ਸੀ ਪਰ ਹੁਸ਼ਿਆਰਪੁਰ ਦਾ ਲਿਟਰੇਸੀ ਰੇਟ ਓਵਰਆਲ 84.6% ਦੀ ਸੀ ਔਰ ਸੂਬੇ ਪੱਧਰ ਤੋਂ ਲੈ ਕੇ ਜ਼ਿਲ੍ਹੇ ਦੀ ਜੇਕਰ ਕੰਪੈਰੀਜ਼ਨ ਮੁਕਾਬਲਾ ਕਰਨਾ ਹੋਵੇ ਤਾਂ ਤਕਰੀਬਨ 9% ਦੀ ਹੈ ਜਿਹੜਾ ਲਿਟਰੇਸੀ ਰੇਟ ਹੈ 9-10% ਦੀ ਉਹ ਵਧ ਰਿਹਾ ਹੁਸ਼ਿਆਰਪੁਰ ਦਾ ਪਰ ਲਿਟਰੇਸੀ ਰੇਟ ਹੈ ਜਿਹੜਾ ਹੁਣ ਨਵੀਂ ਜਾਣਗਰਨਾ ਹੋਵੇਗੀ ਕਿ ਕਿੱਥੇ ਖੜਾ ਹੋਵੇਗਾ ਇਹ ਅੰਦਾਜ਼ਾ ਸਹਿਜ ਲਗਾਇਆ ਜਾ ਸਕਦਾ ਹੈ ਤਾਂ ਹੁਣ ਇਹ ਆਰਟੀਆਈ ਦੇ ਵਿੱਚ ਵੀ ਖੁਲਾਸਾ ਹੋ ਗਿਆ ਇਸ ਤੋਂ ਇੱਕ ਗੱਲ ਤਾਂ ਜਗ ਜਾਰ ਹੋ ਗਈ ਹੈ ਕਿ ਜਿਹੜੀ ਇੱਕ ਹੁਸ਼ਿਆਰ ਜ਼ਿਲ੍ਹੇ ਦੀ ਹਾਲਤੇ ਹੋ ਸਕਦੀ ਹੈ ਤੇ ਬਾਕੀ ਸੂਬੇ ਦੇ ਬਾਈ ਜਿਲਿਆਂ ਦਾ ਹਾਲ ਕੀ ਹੋਵੇਗਾ ਇਸ ਦਾ ਅੰਦਾਜ਼ਾ ਅਸੀਂ ਖੁਦ ਲਗਾ ਸਕਦੇ ਹਾਂ ਹੁਣ ਦੇਖਦੇ ਹਾਂ ਕਿ ਸਮੇਂ ਦੀਆਂ ਸਰਕਾਰਾਂ ਇਸ ਮਸਲੇ ਤੇ ਕੀ ਕਰਦੀਆਂ ਨੇ ਔਰ ਖਾਲੀ ਪਈਆਂ ਅਸਾਮੀਆਂ ਨੂੰ ਕਿਵੇਂ ਭਰਦੀਆਂ ਨੇ ਹਾਲਾਂਕਿ ਕੱਚੇ ਮੁਲਾਜ਼ਮ ਨੇ ਰੋਜ਼ ਜਦੋਂ ਪ੍ਰਦਰਸ਼ਨ ਕਰਦੇ ਨੇ ਧਰਨਾ ਪ੍ਰਦਰਸ਼ਨ ਹੁੰਦਾ ਚਾਹੇ ਪਟਿਆਲਾ ਗੜ ਰਿਹਾ ਹੋਵੇ ਬਠਿੰਡਾ ਰਿਹਾ ਹੋਵੇ ਜਾਂ ਫਿਰ ਸੰਗਰੂਰ ਹੈ ਹੁਣ ਤਾਂ ਸਾਰੇ ਪਾਸੇ ਡਾਂਗਾ ਮਿਲਦੀਆਂ ਨੇ ਪਰ ਰੋਜ਼ਗਾਰ ਨਹੀਂ ਮਿਲਦਾ ਪਰ ਹੁਣ ਜਿਹੜੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ ਕਦੋਂ ਭਰੀਆਂ ਜਾਂਦੀਆਂ ਨੇ ਸਰਕਾਰ ਦੇ ਦਾਅਵੇ ਹੋਰ ਨੇ ਪਰ ਜ਼ਮੀਨੀ ਹਕੀਕਤ ਹੋਰ ਹੈ ਇਹ ਇੱਕ ਆਰਟੀਆਈ ਦਾ ਖਲਾਸਾ ਦੱਸਦਾ ਫਿਲਹਾਲ ਇਸ ਰਿਪੋਰਟ ਵਿੱਚ ਇਨਾ ਹੀ ਮੈਨੂੰ ਦੁਆਗਿਆ ਧੰਨਵਾਦ